Z5 ऐप डाउनलोड करो ते देखो पूरे एपिसोड बिल्कुल फ्री। अंकल तुसीं जिवें शो नूं फॉलो करदे हो है ना, असीं शो विच फैमिलीज़ दे उतार चढ़ाव दी गल करदे हां, सो तुसीं अपनी जिंदगी दे उतार चढ़ाव बारे कुछ दसना चाहोगे? व्याह तों पहला बहुत डिफिकल्ट पीरियड सी, बहुत ज्यादा, तो जिन्नूं आपां समझ नहीं सकदे, देख नहीं सकदे। प्राइवेट नौकरी करदा सी, उदों भला जमाना सी, 500-400 रुपये तनखाह मिलदी सी। उस तों बाद इन्हां दे मेरी मैरिज शिमले 1982 च। अच्छा जी। उस तों बाद वी डिफिकल्ट पीरियड बहुत सी ज्यादा, पर इन्हां ने मेरा साथ बहुत दिता, दिन रात काम किया बच्चों पिछे, मेरे बच्चे ही पढ़ते ही, जिन्ना कि मैनू होया मैं इन्हां नू पढ़ाया। हौली हौली जिवें वड्डे होंदे गए, इन्हां ने वेख्या भी मम्मी डैडी काम कर रहे हैं, फिर इन्हां ने मेरा साथ दिता, प्राइवेट नौकरी की इन्हां ने। परमात्मा की कृपा नाल उपर होंदे गए, मतलब असीं कंटीन दा ही काम किया, टिफिन पैक दा ही काम किया। टिफिन पैक च असीं रात नू 12 बजे सौंदे सीगे, सवेरे 5 बजे मैं उठ के सब्जी मंडी सब्जी लैन जांदा सी टिफिन पैक दा। जदों दी नूआं आईयां ना, जो असीं नहीं सोचिया नहीं वेख्या, महाराज ने सानू ओही विखाया, ओही दित्ता। आ बेटी होई ना साडी, बई मैं कहने इन्ना रिजक लै के आई है भी पुछो ना, रब ने साडे घरे रला छला दे। बस 13 ही 13 हो गया बाबे जी, ਇਹਨਾਂ ਬੱਚਿਆਂ ਨਾਲ ਬਹੁਤ ਕੀਤਾ, ਇੰਨੀ ਇੱਜ਼ਤ ਕਰਦੇ ਆ ਨਾ ਸਾਡੀ, ਸ਼ਾਇਦ ਹੀ ਅੱਜ ਕੱਲ ਦੇ ਟਾਈਮ ਚ ਕੋਈ ਬੱਚੇ ਆਪਦੇ ਮਾਂ ਪਿਓ ਦੀ ਕਰਦੇ ਹੋ। ਬਹੁਤ ਚੰਗੀ ਗੱਲ ਹੈ ਆਂਟੀ, ਇਹ ਤੁਹਾਡੀ ਮਿਹਨਤ ਦੇ ਹੀ ਸਦਕਾ। ਬਿਲਕੁਲ ਬਿਲਕੁਲ, ਇਨਸਾਨ ਸਾਨੂੰ ਸਿੱਖਿਆ ਦਿੱਤੀ ਹੈ, ਅਸੀਂ ਉਹਨਾਂ ਦਾ ਮੁੱਲ ਕਦੇ ਨਹੀਂ ਚੁਕਾ ਪਾਵਾਂਗੇ। ਹਰ ਇੱਕ ਬੰਦਾ ਕਹਿੰਦਾ ਵੀ ਮੇਰੇ ਪੇਰੈਂਟਸ ਵਰਗਾ ਕੋਈ ਪੇਰੈਂਟਸ ਨਹੀਂ ਹੈ, ਈਵਨ ਮੈਂ ਵੀ ਅੱਜ ਕਹਿ ਰਿਹਾ ਵੀ ਚਲੋ ਸਾਰੇ ਕਹਿੰਦੇ ਜੋ ਕਹਿ ਰਹੇ ਉਹਨਾਂ ਤੋਂ ਉੱਤੇ ਮੈਂ ਕਹਿੰਦਾ ਵੀ ਮੇਰੇ ਮਾਂ ਪਿਓ ਵਰਗਾ ਦੁਨੀਆਂ ਦੇ ਵਿੱਚ ਕੋਈ ਮਾਂ ਪਿਓ, ਕੋਈ ਵੀ ਮਾਂ ਪਿਓ ਨਹੀਂ ਹੋਣਾ। ਮੰਮੀ ਮੇਰੇ ਕੰਟੀਨ ਦਾ ਕੰਮ ਕਰਦੇ ਸੀਗੇ, ਮੁਕਤਸਰ ਤੋਂ 20 ਕਿਲੋਮੀਟਰ ਹੈ ਕੰਟੀਨ ਕਿਸੇ ਪਿੰਡ ਦੇ ਵਿੱਚ। ਸਕੂਟਰੀ ਹੁੰਦੀ ਸੀ ਮੋਪਟ, ਉਦੋਂ ਬਹੁਤ ਛੋਟੇ ਹੁੰਦੇ ਸੀ, ਅਸੀਂ ਸਕੂਲ ਜਾਂਦੇ ਸਾਨੂੰ ਸ਼ੌਕ ਹੁੰਦਾ ਵੀ ਸਕੂਲ ਦੀ ਚਲੋ ਛੁੱਟੀ ਵਾਜੇ ਅਸੀਂ ਕੰਟੀਨ ਚਲੇ, ਕਦੀ ਕੰਟੀਨ ਚਲੇ ਜਾਂਦੇ ਸੀਗੇ 10-10 ਕਿਲੋ ਬਰਫ਼, 15-15 ਕਿਲੋ ਬਰਫ਼ ਮੰਮੀ ਮੇਰੇ ਲੱਤਾਂ ਤੇ ਲੱਗ ਕੇ ਲੈ ਜਾਂਦੇ ਰਹੇ ਆ, ਤੇ ਜਿੱਥੇ ਉਤਰਦੇ ਸੀ ਤੇ ਲੱਤਾਂ ਸੁੱਜੀਆਂ ਹੁੰਦੀਆਂ ਸੀ। ਸਿਰਫ ਸਾਡੇ ਪਿੱਛੇ ਜੇ ਅੱਜ ਸਾਨੂੰ ਕਹਿਣ ਵੀ ਕੋਈ ਵੀ, ਅਸੀਂ ਅੱਜ ਤੱਕ ਮਤਲਬ ਕਿ ਇਹਨਾਂ ਦਾ ਇਲਾਨ ਤਾਂ ਜਮਾਂ ਹੀ ਅੱਗੋ ਭਾਬੀ ਆ ਗਏ, ਇਹ ਆ ਗਏ, ਇਹਨਾਂ ਨੂੰ ਸਹੀ ਗੱਲ ਆਖੀ ਹੈ ਵੀ ਸਾਡਾ ਤੁਸੀਂ ਆਖਾਂ ਨਾ ਮੰਨੋ, ਮੋੜ ਦਿਓ, ਸਾਡੇ ਨਾਲ ਗੁੱਸਾ ਹੋ ਜਾਓ, ਪਰ ਇਹਨਾਂ ਦੀ ਆਵਾਜ਼ ਇੱਕ ਆਵਾਜ਼ ਤੇ, ਇਹਨਾਂ ਨੇ ਜੋ ਕੰਮ ਕਹਿਤਾ ਦਿਨ ਹੈ ਰਾਤ ਹੈ ਸਵੇਰ ਹੈ ਸ਼ਾਮ ਹੈ, ਤੁਸੀਂ ਨੀ ਕਹਿਣਾ ਵੀ ਮੈਨੂੰ ਇਹਨਾਂ ਨੇ ਕੰਮ ਕਹੇ ਤੁਹਾਨੂੰ ਕਰਨਾ ਪੈਣਾ। ਮਾਂ ਪਿਓ ਸਾਰੀ ਉਮਰ ਸੰਘਰਸ਼ ਕਰਦੇ ਨੇ ਬੱਚਿਆਂ ਲਈ, ਔਰ ਇੱਕ ਸਮਾਂ ਤਾਂ ਆਉਣਾ ਚਾਹੀਦਾ ਜਦ ਉਹ ਵੀ ਬੇਫਿਕਰੇ ਹੋ ਕੇ ਬੈਠਣ, ਆਪਣੀ ਜ਼ਿੰਦਗੀ ਦਾ ਲੁਤਫ ਲੈਣ। ਮੈਨੂੰ ਲੱਗਦਾ ਕਿ ਦੋਨੋਂ ਪਾਸਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ, ਬੱਚੇ ਵੀ ਆਪਣੀ ਸਮਝਣ ਤੇ ਮਾਂ ਪਿਓ ਤਾਂ ਆਪਣੀ ਆਪਣੇ ਟਾਈਮ ਤੇ ਸਮਝ ਕੇ ਬੱਚਿਆਂ ਨੂੰ ਕਾਮਯਾਬ ਬਣਾ ਹੀ ਦਿੰਦੇ ਨੇ। ਬੱਚਿਆਂ ਨੂੰ ਬਹੁਤ ਘੁਮਾਇਆ, ਵਧੀਆ ਤੋਂ ਵਧੀਆ ਸਟੇਸ਼ਨ ਸਾਨੂੰ ਦਿਖਾਇਆ, ਆਪ ਜਾਂਦੇ ਆ ਜੋ ਵੀ ਮੇਨ ਸਟੇਸ਼ਨ ਹੈਗੇ ਆ ਇੰਡੀਆ, ਸਾਨੂੰ ਘੁਮਾਇਆ ਇਹਨਾਂ ਬੱਚਿਆਂ। ਤੁਸੀਂ ਹਲੇ ਵੀ ਹਨੀਮੂਨ ਤੇ ਜਾਂਦੇ ਹੋ? ਇਕੱਲੇ ਜਾਂਦੇ ਹੋ ਸਾਰੇ ਨਾਲ? ਸਾਰੇ ਨਾਲ ਲੱਗ ਜਾਂਦੇ ਹੋ? ਮੰਦਿਰ ਵੀ ਜਾਇਆ ਕਰਦੇ, ਘੁੰਮਣ ਜਾਣਾ, ਮੂਵੀ ਦੇਖਣ ਜਾਣਾ, ਦੋ ਵਾਰ ਅਸੀਂ ਕਹਿੰਦੇ ਗਏ। ਅੱਛਾ, ਕੁੱਲੂ ਮਨਾਲੀ ਗਏ ਸੀ ਦੋਨੇ। ਅੱਛਾ, ਤੇ ਮਾਊਂਟ ਆਬੂ ਗਏ, ਅਸੀਂ ਇਕੱਲੇ ਗਏ। ਅੱਛਾ, ਤਾਂ ਇਕੱਲੇ ਗਏ ਹੋ, ਠੀਕ ਹੈ। ਆਂਟੀ ਤੁਹਾਡੇ ਬਾਰੇ ਅੰਕਲ ਨੇ ਇੰਨਾ ਕੁਛ ਕਿਹਾ ਹੈ ਨਾ, ਇੱਕ ਹਮਸਫ਼ਰ ਦਾ ਸਾਥ ਨਿਭਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਨਾ, ਤੁਸੀਂ ਇਹ ਸਮਾਂ ਜਿਹੜਾ ਅੰਕਲ ਨੇ ਸਾਨੂੰ ਦੱਸਿਆ ਉਹ ਕਿਵੇਂ ਕੱਢਿਆ? ਮੈਨੂੰ ਇਹਨਾਂ ਦਾ ਸਾਥ ਸੀ, ਅੱਜ ਤੱਕ ਇਹਨਾਂ ਨੇ ਮੈਨੂੰ 40 ਸਾਲ ਚ ਝਿਣਕਿਆ। ਫਾਦਰ ਮਦਰ ਇਨ ਲਾਅ ਸੀਗੇ, ਇੱਕ ਭੂਆ ਜੀ ਸੀ ਸਾਡੇ, ਉਹਨਾਂ ਨੇ ਘਰ ਬਾਰ ਸੰਭਾਲੇ, ਬੱਚੇ ਸੰਭਾਲੇ, ਮੈਂ ਇਹਨਾਂ ਦੇ ਨਾਲ ਕਦਮ ਨਾਲ ਕਦਮ ਚਲਾ ਕੇ ਚੱਲੀ। ਮੇਰੇ ਮਾਇਕੇ ਆ, ਮੈਂ 10-10 ਸਾਲ ਮਾਇਕੇ ਨੀ। ਆਪਾਂ ਇੱਕ ਵਾਰੀ ਨੇ ਕਿਹਾ ਵੀ ਕਿਉਂ ਨੀ ਗਏ, ਠੀਕ ਹੈ ਪਹਿਲੇ ਘਰ ਜ਼ਰੂਰੀ ਹੈ, ਆਦਮੀ ਜ਼ਰੂਰੀ ਹੈ, ਇਹ ਸਭ ਤੋਂ ਜ਼ਰੂਰੀ ਹੈ ਪੇਕੇ ਤਾਂ, ਜਦੋਂ ਹੁਣ ਅੱਜ ਕੱਲ੍ਹ ਤਾਂ ਫੋਨ ਤੇ ਹੀ ਰੋਜ਼ ਸਵੇਰੇ ਸ਼ਾਮ ਮਿਲ ਲਈਦਾ। ਤੁਹਾਡੇ ਮਦਰ ਇਨ ਲਾਅ ਕਿਹੋ ਜਿਹੇ ਸੀ? ਬਹੁਤ ਚੰਗੇ ਸੀਗੇ, ਉਹਨਾਂ ਇਹ ਸੀਗਾ ਵੀ ਇਹ ਸੌਖੀ ਰਵੇ, ਬਸ ਉਹ ਮੈਨੂੰ ਇਹ ਅਸ਼ੀਰਵਾਦ ਦਿੰਦੇ ਸੀ। ਜੋ ਉਹਨਾਂ ਨੇ ਦਾਦੀ ਵਿੱਚ ਦੇਖਿਆ ਸਾਡੀ, ਉਹੀ ਅਜੇ ਗਏ, ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੇ। ਹੋਰ ਵੀ ਸੀਗੇ ਮੇਰੇ ਜੇਠ ਵਗੈਰਾ, ਉਹਨਾਂ ਕੋਲ ਕਦੀ ਜਾ ਕੇ ਰਹਿੰਦੇ ਨੀ ਸੀ, ਮਨ ਕਿ ਉਹਨਾਂ ਦੇ ਘਰ ਚਾਹ ਦਾ ਕੱਪ ਵੀ ਨੀ ਪੀਂਦੇ ਸੀ, ਵੀ ਉਹਦੇ ਕੋਲ ਹੀ ਮੇਰਾ ਨਾਮ, ਵੈਸੇ ਨਿੱਕ ਨੇ ਬੱਬੋ ਹੈ, ਬੱਬੋ। ਹਾਂ, ਹਾਏ ਹਾਏ, ਕੀ ਬਾਤ ਹੈ, ਬੜਾ ਸੋਹਣਾ ਨਾਮ ਹੈ। ਹਾਂ, ਤੁਸੀਂ ਰੱਖਿਆ ਪਿਆਰ ਨਾਲ ਨਾਮ ਬੱਬੋ? ਤੁਸੀਂ ਕੀ ਰੱਖਿਆ? ਮੈਂ ਰੱਖਿਆ ਪਰਮੀਨ, ਪਰ ਪਰਮੀਨ ਰੱਖ ਕੇ ਜੱਬ ਹੀ ਪੈ ਗਿਆ ਸੀ, ਲਾਸਟ ਮੰਥ ਬਹੁਤ ਜ਼ਿਆਦਾ ਆਧਾਰ ਕਾਰਡ ਦੀ ਕੋਈ ਪ੍ਰੋਬਲਮ ਆ ਗਈ ਸੀ, ਪ੍ਰਵੀਨ ਅਮਨਜੀਤ ਬੱਬੋ ਬਹੁਤ ਠੀਕ ਗੱਲ ਹੈ, ਬਹੁਤ ਮੁਸ਼ਕਿਲ ਸੈਂਟਰੀ ਪਾ ਗਿਆ, ਅੱਗੇ ਆ ਕੇ ਚੱਕਰ ਪੈ ਗਏ, ਲੋਕ ਆ ਗਏ ਪਿਆ, ਉਹ ਸਾਰੇ ਚੱਕਰ ਪੈ ਗਏ ਪ੍ਰਵੀਨ ਦਾ ਨਾਮ ਰੱਖ ਕੇ। ਮੈਂ ਪ੍ਰਵੀਨ ਖਾਈ ਗਿਆ, ਵੋਟਾਂ ਚ ਵੀ, ਰਾਸ਼ਨ ਕਾਰਡ ਚ ਵੀ, ਬੈਂਕ ਚ ਵੀ,
ਉਹ ਕਹਿੰਦੇ ਆ ਜਾਓ ਇਹ ਨਹੀਂ ਕੰਮ ਹੋਣਾ ਤੁਹਾਡਾ। ਐਕਚੁਅਲੀ ਮੰਮਾ ਦਾ ਨਾਮ ਅਮਰਜੀਤ ਭਾਟਿਆ ਸੀਗਾ। ਅੱਛਾ। ਸਾਰੇ ਡਾਕੂਮੈਂਟ ਅਮਰਜੀਤ ਭਾਟਿਆ ਦੇ ਔਰ ਸਾਰੇ ਹੁਣ ਸਾਰੇ ਰਿਪਲੇਸ ਕਰਾਣੇ ਪਏ। ਪਿੱਛੋਂ ਮੈਨੂੰ ਸੀ ਨਾਂ ਨਾਲ ਮੈਂ ਜਿੰਨੇ ਤੱਕ। ਅੱਛਾ। ਤੇ ਇਹਨਾਂ ਦਾ ਨਾਮ ਪ੍ਰਿਆ ਸੀਗਾ। ਪਿੱਛੇ ਪ੍ਰਿਆ ਸੀ ਮਨ ਦੇ ਆ। ਮੈਂ ਉਹ ਮਨ ਰੱਖਿਆ ਨਾਲ। ਤੁਸੀਂ ਜਿੰਨੂੰ ਮਿਲਦੇ ਨਾਮ ਬਦਲ ਦਿੰਦੇ ਮੇਰਾ ਵੀ ਕਰ ਹੀ ਦੋ ਇੱਕ ਨਾਮ। ਤੁਹਾਡੇ ਦੋਵਾਂ ਦੀ ਦੇਖਾ ਦਿਖਾਈ ਕਿਵੇਂ ਹੋਈ ਸੀ ਅੰਕ? ਵੀ ਮੇਰੀ ਸਿਸਟਰ ਹੈ ਜਿਹੜੀ। ਅੱਛਾ ਜੀ। ਉਹ ਇਹਨਾਂ ਘਰੇ ਪਹਿਲਾਂ ਵਿਆਹੀ ਹੋਈ। ਅੱਛਾ ਜੀ। ਓਕੇ। ਇਹ ਸ਼ਿਮਲੇ ਤੋਂ ਬਿਲੋਂਗ ਕਰਦੇ ਸੀਗੇ। ਉਹ ਨਾਭੇ ਰਹਿੰਦੇ ਸੀਗੇ। ਅੱਛਾ। ਇਹਨਾਂ ਦੇ ਤਾਇਆ ਜੀ ਡੈਥ ਹੋਈ। ਅੱਛਾ ਜੀ। ਨਾਭੇ। ਹਾਂ ਹਾਂ। ਇਹ ਆਏ ਹੋਏ ਸਾਰੇ। ਹਾਂ ਹਾਂ। ਇਦੋਂ ਮੇਰਾ ਵੱਡਾ ਬ੍ਰਦਰ ਉੱਥੇ ਗਏ ਭੋਗ ਤੇ। ਅੱਛਾ। ਉਹਨਾਂ ਨੇ ਇਹਨਾਂ ਨੂੰ ਕੰਮ ਕਰਦੇ ਵੇਖਿਆ ਉੱਥੇ। ਅੱਛਾ। ਉਹਨਾਂ ਨੇ ਕਿਹਾ ਵੀ ਰਿਸ਼ਤਾ ਲੈਣ ਵਾਲਾ ਇੱਥੇ ਲੈਣਾ। ਮੇਰੇ ਸਿਸਟਰ ਨੂੰ ਕਿਹਾ, ਸਿਸਟਰ ਨੇ ਕਿਹਾ ਚਲ ਕਰ ਲਓ, ਮੈਂ ਗੱਲਬਾਤ ਕਰਾ ਦਿੰਦੀ ਤੁਹਾਡੀ। ਉਹਨਾਂ ਨੇ ਗੱਲਬਾਤ ਕਰਾਈ। ਇਹਨਾਂ ਦੇ ਇੱਕ ਡੈਡੀ ਤੇ ਇਹਨਾਂ ਦਾ ਭਰਾ ਮੈਨੂੰ ਵੇਖਣ ਵਾਸਤੇ ਆ ਗਏ। ਚਲੋ ਦੁਕਾਨ ਤੇ ਜਿੱਥੇ ਮੈਂ ਨੌਕਰੀ ਕਰਦਾ ਸੀ ਉੱਥੇ ਆਏ। ਮੈਂ ਹੈ ਨਹੀਂ ਸੀ, ਮੈਂ ਸਾਈਡ 'ਤੇ ਸੀਗਾ। ਉਹ ਆਏ ਦੋਨੇ, ਉਹ ਘਰੇ ਚਲੇ ਗਏ। ਮੈਂ ਉਹ ਯਾਰ ਦੋਸਤ ਸੀ, ਮੈਨੂੰ ਉਹਨਾਂ ਨੇ ਕਿਹਾ, ਕਹਿੰਦਾ ਯਾਰ ਤੂੰ ਕਿੱਥੇ ਗੁਆਚਿਆ ਫਿਰਦਾ, ਤੇਰੇ ਸਹੁਰੇ ਲਾਉਂਦੇ ਫਿਰਦੇ ਤੈਨੂੰ। ਮਗਰ ਉਹ ਸਿੰਪਲ ਜਿਹੇ ਉਦੋਂ ਪਜਾਮੇ ਚੱਲਦੇ ਸੀ ਮਾੜੇ ਮੋਟੇ, ਮੈਂ ਪਾਉਂਦਾ ਸੀਗਾ। ਮੈਂ ਹੁਣ ਕਿਵੇਂ ਜਾਈਏ ਸਹੁਰਿਆਂ ਕੇ, ਸਹੁਰੇ ਅੱਗੇ ਥੁੱਕ ਬਣ ਕੇ ਤਾਂ ਹੀ ਹਾਂ ਕਰਨਗੇ। ਮੈਂ ਗੁਆਂਢੀਆਂ ਦਾ ਮੁੰਡਾ ਸੀਗਾ, ਉਹਦਾ ਗੋਲਡ ਬੰਡ ਪਾਇਆ ਜੀ। 5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।